ਵੈਗਰਜੀਕਾ ਖਾਲਸਾ ਤੇ ਵੈਗਰਜੀ ਦੀ ਫਤਿਹ ਵੀਰ ਜੀ ਮੈਂ ਆਇਆ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨ ਬੇਨਤੀ ਕਰਨ ਆਪਦੇ ਸੱਚੇ ਪਾਤਸ਼ਾਹ ਮੌਲਾ ਅੱਗੇ ਆਪਦੇ ਪਿਓ ਅੱਗੇ ਕਿ ਸੱਚੇ ਪਾਤਸ਼ਾਹ ਜਿਹੜੇ ਸਾਡੇ ਦਿੱਲੀ ਦੇ ਵਿੱਚ ਸਿੰਘ ਡਟੇ ਪਏ ਨੇ ਆਹ ਵੇਖੋ ਯੋਧੇ ਸਾਡੇ ਸਾਡੇ ਗੁਰੂ ਪੀਰ ਪਕੰਬਰ ਪੀਰ ਪਕੰਬਰ ਸਾਡਾ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲਾ ਵੱਡੇ ਅੰਗ ਸੰਗੇ ਸਾਡੇ ਯੋਧਿਆਂ ਦੇ ਅੰਗ ਸੰਗੇ ਸੱਚੇ ਪਾਤਸ਼ਾਹ ਕਿ ਇੱਥੇ ਬੜੇ ਬਦਾਲੀ ਵਰਗੇ ਮੱਸੇ ਰੰਗੜ ਵਰਗੇ ਆਏ ਇਸ ਪੰਜਾਬ ਦੀ ਧਰਤੀ ਦੇ ਡੇਡੇ ਸੂਰਮੇ ਤੇ ਗੁਰੂਆਂ ਦੀ ਯੋਧਿਆਂ ਤੇ ਉੱਤੇ ਕਿਰਪਾ ਰਹੀ ਤੇ ਸਿਰ ਵੱਢ ਕੇ ਨੇਜੀਆਂ ਦੇ ਟੰਗ ਕੇ ਲਿਆਂਦੇ ਤੇ ਫਤਿਹ ਕਰਾ ਕੇ ਮੁੜੇ ਨੇ ਤੂੰ ਸੱਕੇ ਪਾਤਸ਼ਾਹ ਤੇਰੇ ਅੱਗੇ ਮੈਂ ਇਹ ਅਰਦਾਸ ਕਰਨਾ ਕਿ ਸਾਡੇ ਜਿਹੜੇ ਯੋਧੇ ਸੂਰਮੇ ਸਾਨੀ ਦੋਲਨ ਦੇ ਵਿੱਚ ਡਟੇ ਖੜੇ ਨੇ ਦਿੱਲੀ ਤੂੰ ਉਹਨਾਂ ਨੂੰ ਜਿੱਤ ਪ੍ਰਾਪਤ ਕਰਕੇ ਪਿੱਛੇ ਅਸੀਂ ਆਈਏ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਅੱਗੇ ਮਰਦਾਸ ਕਰਨਾ ਆ ਕਿ ਅਸੀਂ ਹਾਰ ਕੇ ਨਹੀਂ ਆਈਏ ਜਿੱਤ ਕੇ ਆਈਏ ਸਾਨੂੰ ਵਿਸ਼ਵਾਸ ਹੈ ਆਪਦੇ ਗੁਰੂ ਮਹਾਰਾਜ ਜੀ ਅੱਗੇ ਸਾਡੀ ਫਤਿਹ ਕਰਾ ਕੇ ਦਿੱਲੀੋਂ ਮੁੜੇਗਾ ਇਹ ਵੀ ਉਹ ਜਿਵੇਂ ਪਿਛਲੇ ਜਮਾਨੇ ਦੇ ਵਿੱਚ ਮੱッセ ਰੰਗੜ ਵਰਗੇ ਸੀ ਬਦਾਲੀ ਵਰਗੇ ਕਈ ਸੀ ਉਨਾਂ ਤਰ੍ਹਾਂ ਇਹ ਵੀ ਉਹ ਚੀਜ਼ਾਂ ਨੇ ਤੇ ਇਹਨਾਂ ਨੂੰ ਆਪਾਂ ਇਹਨਾਂ ਦੇ ਗੋਡੇ ਟਿਕਾ ਕੇ ਤੇ ਆਪਾਂ ਜਿੱਤ ਪ੍ਰਾਪਤ ਕਰਕੇ ਤੂੰ ਅੱਗੇ ਯੋਧਿਆਂ ਦੀ ਦਿੱਲੀ ਨੂੰ ਮੋੜਨੀ ਤੇਰੇ ਅੱਗੇ ਅਰਦਾਸ ਕਰਦੇ ਸਾਡੇ ਯੋਧਿਆਂ ਨੂੰ ਤੱਤੀ ਵਾ ਨਾ ਲੱਗੇ ਤੱਤੀ ਵਾ ਵੀ ਤੂੰ ਹੀ ਕਿਰਪਾ ਕਰਨੀ ਸਾਨੂੰ ਪਤਾ ਤੂੰ ਸਾਡੇ ਅੰਗ ਸੰਗ ਰਹਿਣਾ ਤੇ ਅਸੀਂ ਅਰਦਾਸ ਕਰਨ ਤੇਰੇ ਅੱਗੇ ਬੇਨਤੀ ਕਰਨ ਆਏ ਆ ਭਰਾਓ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਜਿਹੜਾ ਜਿਹੜਾ ਭਰਾ ਕੋਲੇ ਪਹੁੰਚੇ ਉਹ ਸੱਚੇ ਪਾਤਸ਼ਾਹ ਇਸ ਕਮੈਂਟ ਕਰੇ ਸੱਚੇ ਪਾਤਸ਼ਾਹ ਦਾ ਨਾਂ ਲਿਖੇ ਤੇ ਯੋਧਿਆਂ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਕਰੇ ਚੜ੍ਹਦੀ ਕਲਾ ਸਾਡੇ ਯੋਧੇ ਰਹਿਣ ਤੁਸੀਂ ਸਾਰੇ ਭਰਾ ਵੀ ਅਰਦਾਸ ਕਰਿਆ ਕਰੋ ਅਸੀਂ ਜਿੱਤ ਪ੍ਰਾਪਤ ਕਰਕੇ ਜਿੱਤ ਕੇ ਆਈਏ ਫਤਿਹ ਕਰਕੇ ਆਈਏ ਉਥੋਂ ਦਿੱਲੀ ਸੰਘਰਸ਼ ਚੋਂ ਬਹੁਤ ਸਾਡਾ ਜੁੱਧ ਤੇ ਇਹ جنگ ਇੱਕ جنگ ਬਹੁਤ ਵੱਡੀ ਜੰਗ ਲੱਗੀ ਪਈ ਏ ਮੱッセ ਰੰਗੜ ਵਰਗੀਆਂ ਬਦਾਲੀਆਂ ਵਰਗੇ ਕੋਲੇ ਜਿਹੜੇ ਬਦਾਲੀ ਨੇ ਬਹੁਤ ਵੱਡੀ ਜੰਗ ਏ ਤੇ ਤੂੰ ਜੰਗ ਨੂੰ ਫਤਿਹ ਤੂੰ ਹੀ ਮਾਲਕਾ ਕਰਾਉਣਾ ਏ ਅਸੀਂ ਤੇਰੇ ਬੱਚੇ ਆ ਤੂੰ ਹੀ ਸਭ ਕੁਝ ਕਰਨਾ ਏ ਤੇਰੇ ਤੋਂ ਤੇਰੇ ਕਹਿਦੋਂ ਵਗੈਰੇ ਇੱਕ ਪੱਤਾ ਨਹੀਂ ਹਿੱਲਦਾ ਤੂੰ ਹੀ ਸਭ ਕੁਝ ਕਰਨਾ ਤੂੰ ਹੀ ਫਤਿਹ ਕਰਾਉਣੀ ਤੇਰੇ ਹੱਥ ਵਾਸੀ ਏ ਡੋਰ ਏ ਪਿਆਰ ਸਿੰਘ ਪਿਆਰ ਸਿੰਘ ਸਾਡਾ ਦੇਸ਼ ਹੈ ਪਿਆਰ ਸਿੰਘ ਤੇ ਪਿਆਰ ਸਿੰਘ ਦੀ ਫਤਿਹ ਕਰਾ ਕੇ ਮੋੜੀ ਇੱਥੇ ਬੜੇ ਬੜੇ ਆਏ ਸਾਡੇ ਜਿਹੜੇ ਯੋਧੇ ਉਹਨਾਂ ਨੇ ਇਹਨਾਂ ਦੀਆਂ ਗੋਡੀਆਂ ਲਵਾਈਆਂ ਤਸੱਲੀਆਂ ਕਰਵਾਈਆਂ ਵੀਰ ਜੀ ਜਦੋਂ ਰੰਗ ਵੀਰ ਜੀ ਜਦੋਂ ਰੰਗ ਜੀਵ ਵਰਗਿਆਂ ਨੂੰ ਇੱਥੇ ਨਹੀਂ ਢੋਈ ਮਿਲੀ ਇਸ ਸੰਸਾਰ ਦੇ ਇਸ ਦੁਨੀਆ ਦੇ ਵਿੱਚ ਇਸ ਪਿਆਵ ਨੇ ਆਪਦੇ ਕੋਲੇ ਨਹੀਂ ਰੱਖਿਆ ਤੇ ਇਹ ਮੋਦੀ ਛੋਦੀ ਵਰਗੇ ਕੀ ਚੀਜ਼ ਹੈ ਇਹਨਾਂ ਦੀਆਂ ਗੋਡਰੀਆਂ ਤੇ ਸਾਡਾ ਗੁਰੂ ਆਪ ਲਵਾਵੇਗਾ ਸਾਡਾ ਗੁਰੂ ਗੋਬਿੰਦ ਸਿੰਘ ਬਾਬਾ ਨਾਨਕ ਸੱਚੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਗੁਰੂ ਜਿਹੜੇ ਇਹਨਾਂ ਦੀਆਂ ਗੋਡਰੀਆਂ ਲਵਾਉਂਦੇ ਉਹ ਯੋਧਿਆਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਹੈ ਸਾਨੂੰ ਆਪਦੇ ਗੁਰੂਆਂ ਦੇ ਅੱਗੇ ਸਿਰ ਝੁਕਾ ਕੇ ਜਦ ਅਰਦਾਸ ਕਰਨੇ ਸਾਡਾ ਸੀਨਾ ਚੌੜਾ ਜਾਂਦਾ ਖੂਨ ਵਾਲੇ ਮਾਰਦਾ ਸਾਡੇ ਦੁੱਗਣਾ ਜੋਰ ਆ ਜਾਂਦਾ ਅਸੀਂ ਇਸ ਪੰਜਾਬ ਸਿਆਂ ਤੂੰ ਪੰਜਾਬ ਸਿੰਘ ਹੈ ਤੇਰੀ ਪਿੱਠ ਨਹੀਂ ਲੱਗਣ ਦਿੰਦੇ ਇਸ ਧਰਤੀ ਨੇ ਬੜੇ ਬੜੇ ਯੋਧੇ ਪੈਦਾ ਕੀਤੇ ਆ ਤੇ ਜਿੱਤ ਪ੍ਰਤਾਪ ਪ੍ਰਾਪਤ ਕਰਕੇ ਮੁੜਦੇ ਰਹੇ ਆ ਤੇ ਬਾਬਾ ਜੀ ਫਤਿਹ ਬਲਾਉਣੇ ਅਰਦਾਸ ਕਰਕੇ ਸੱਚੇ ਪਾਤਸ਼ਾਹਗੇ ਇਹ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਡੇ ਗਿਆ ਸੀ ਅਰਦਾਸ ਕਰਨੇ ਆ ਕਿ ਦਿੱਲੀੋਂ ਸਾਡੇ ਯੋਧੇ ਫਤਿਹ ਕੜ ਕੇ ਮੁਲਨ ਤੇ ਹੋਣ ਬੋਲੇ ਸੋ ਨਿਹਾਲ ਦਾ ਨਹਰਾ ਲਾਈਏ ਤੇ ਫਤਿਹ ਕਰੀਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ